ਅੱਜ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਸੀਨੀਅਰ ਲੀਡਰ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ। ਜਿਹੜਾ ਬਹੁਤ ਹੀ ਇੱਕ ਇੰਪੋਰਟੈਂਟ ਇਸ਼ੂ ਪੰਜਾਬ ਦੇ ਸਾਹਮਣੇ ਆਇਆ, ਪੰਜਾਬ ਦੀ ਜਿਹੜੀ ਚੰਡੀਗੜ੍ਹ ਦਾ ਕਲੇਮ ਹੈ ਪੰਜਾਬ ਦਾ, ਉਹਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਹਰਿਆਣਾ ਸਰਕਾਰ UT ਐਡਮਿਨਿਸਟ੍ਰੇਸ਼ਨ ਤੋਂ ਵਿਧਾਨ ਸਭਾ ਵਾਸਤੇ ਜ਼ਮੀਨ ਮੰਗ ਰਹੀ ਆ, ਉਹਨੂੰ ਲੈ ਕੇ ਇਹ ਬਹੁਤ ਸੈਂਸਿਟਿਵ ਇਸ਼ੂ ਆ। ਅਤੇ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਹਾਂ ਕਿ ਤੁਸੀਂ ਪੰਜਾਬ ਦੇ ਰਿਪ੍ਰਜੈਂਟੇਟਿਵ ਹੋ, ਤੁਸੀਂ ਪੰਜਾਬ ਦੇ ਮੁੱਖ ਹੋ, ਅਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਜ਼ੋਰ ਦੇ ਨਾਲ ਦਿੱਲੀ ਸਰਕਾਰ ਨਾਲ ਗੱਲ ਕਰੋ ਕਿ ਪੰਜਾਬ ਦਾ ਜਿਹੜਾ ਹੱਕ ਆ ਉਹ ਕਮਜ਼ੋਰ ਨਹੀਂ ਹੋਣਾ ਚਾਹੀਦਾ, ਪੰਜਾਬ ਆਪਣੀ ਜ਼ਮੀਨ ਨਹੀਂ ਦੇ ਸਕਦਾ ਹਰਿਆਣੇ ਨੂੰ। ਅਗਰ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਵਾਸਤੇ ਜਗ੍ਹਾ ਚਾਹੀਦੀ ਹੈ, ਪੰਚਕੂਲੇ ਬਣਾ ਸਕਦੇ ਹੋ ਜਾਂ ਕਿਤੇ ਹੋਰ ਵੀ ਬਣਾ ਸਕਦੇ ਆ, ਲੇਕਿਨ ਅਸੀਂ ਤਾਂ ਚਾਹੁੰਦੇ ਹਾਂ ਕਿ ਹਰਿਆਣੇ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣੀ ਚਾਹੀਦੀ ਹੈ ਜਾਂ ਮਿਲਣੀ ਚਾਹੀਦੀ ਹੈ। ਅਤੇ ਜਿਹੜਾ ਚੰਡੀਗੜ੍ਹ 'ਤੇ ਇਕੱਲਾ ਹੱਕ ਹੈਗਾ ਸਿਰਫ ਪੰਜਾਬ ਦਾ ਕਲੇਮ ਆ, ਅਤੇ ਉਦੋਂ ਜਦੋਂ ਰੀਆਰਗਨਾਈਜੇਸ਼ਨ ਆਫ ਸਟੇਟਸ ਹੋਈ ਸੀ ਉਦੋਂ ਵੀ ਕੇਂਦਰ ਸਰਕਾਰ ਨੇ ਇਹ ਆਖਿਆ ਸੀ ਕਿ ਇਹ ਟੈਂਪਰਰੀ ਅਰੇਂਜਮੈਂਟ ਆ, ਚੰਡੀਗੜ੍ਹ UT ਰਹੂਗਾ ਜਿੰਨਾ ਤੀਕਰ ਹਰਿਆਣੇ ਨੂੰ ਆਪਣਾ ਕੈਪੀਟਲ ਨਹੀਂ ਮਿਲ ਜਾਂਦਾ। ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਪੰਜਾਬ ਦੇ ਨਾਲ, ਪੰਜਾਬੀਆਂ ਨਾਲ ਇੰਨਾ ਵਿਤਕਰਾ ਕਿਉਂ ਹੁੰਦਾ, ਸਾਡੇ ਨਾਲ ਇੰਨਾ ਅਨਜਸਟਿਸ ਕਿਉਂ ਹੋ ਰਿਹਾ ਕਿ ਅਸੀਂ ਦੇਸ਼ ਵਾਸਤੇ ਹਰ ਸੇਵਾ ਕਰਨ ਨੂੰ ਕਰਦੇ ਵੀ ਹਾਂ, ਕਰਨ ਨੂੰ ਤਿਆਰ ਹਾਂ, ਕੁਰਬਾਨੀਆਂ ਵੀ ਦਿੱਤੀਆਂ ਨੇ ਆਜ਼ਾਦੀ ਤੋਂ ਪਹਿਲਾਂ ਵੀ, ਆਜ਼ਾਦੀ ਤੋਂ ਬਾਅਦ 'ਚ ਵੀ। ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਦੇਸ਼ ਦੇ ਪ੍ਰਮੁੱਖ ਖੇਤਰਾਂ 'ਚ, ਪਰ ਤਾਂ ਵੀ ਜਿਹੜਾ ਉੱਥੇ ਵਰਤਾਂਤ ਬਣਾਇਆ ਜਾਂਦਾ ਦਿੱਲੀ ਵਿੱਚ, ਕਿਉਂ ਪੰਜਾਬ ਦੇ ਵਰਖਿਲਾਫ਼, ਕਿਉਂ ਪੰਜਾਬ ਦੇ ਵਿਰੁੱਧ ਇਹ ਫੈਸਲੇ ਲੈਂਦੇ ਨੇ। ਹੁਣ ਹਰਿਆਣੇ ਦੀ ਜਿਹੜੀ ਅਸੈਂਬਲੀ ਇਲੈਕਸ਼ਨ ਹੋ ਕੇ ਹਟੀ ਆ, ਸਰਕਾਰ ਨਵੀਂ ਬਣ ਗਈ, ਕੋਈ ਪੋਲੀਟੀਕਲ ਇਸ਼ੂ ਨਹੀਂ ਗਾ, ਕੋਈ ਲੋੜ ਨਹੀਂ ਹਰਿਆਣੇ ਨੂੰ ਇਸ ਵੇਲੇ। ਪਰ ਫਿਰ ਨਹੀਂ, ਬੜਾ ਹੈਰਾਨੀ ਵਾਲੀ ਗੱਲ ਹੈ ਕਿ ਇਸ ਸਮੇਂ 'ਚ 500-700 ਮੀਟਰ ਦੇ ਆਪਣੇ ਫਰਕ 'ਤੇ ਇੱਕ ਲੈਂਡ ਸਵੈਪ ਹੋ ਰਿਹਾ ਆ, ਜਿਹੜਾ ਨਾ ਤਾਂ ਹਰਿਆਣਾ ਗੌਰਮੈਂਟ ਦਾ ਅਧਿਕਾਰ ਆ ਨਾ UT ਦਾ ਅਧਿਕਾਰ ਆ। ਇਹ ਇੱਦਾਂ ਜਿਹੜੀ ਜ਼ਮੀਨ ਇੰਟਰਚੇਂਜ ਕਿਸੇ ਸੂਬੇ ਨਾਲ ਸਟੇਟ ਸਰਕਾਰ ਨਹੀਂ ਕਰ ਸਕਦੀ, ਇਹ ਪਾਰਲੀਮੈਂਟ ਵਿੱਚ ਜਾ ਸਕਦਾ, ਵੈਸੇ ਚਲੋ ਪਾਰਲੀਮੈਂਟ ਵਿੱਚ ਵੀ ਜਾਵੇ, ਪਰ ਅਸੀਂ ਪੰਜਾਬ ਦਾ ਜਿਹੜਾ ਕਲੇਮ ਆ, ਹੱਕ ਆ, ਅਸੀਂ ਬਿਲਕੁਲ ਉਹਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੇ। ਗਵਰਨਰ ਸਾਹਿਬ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਨੂੰ ਇਸ ਮਾਮਲੇ ਦੀ ਸਾਰੀ ਜਾਣਕਾਰੀ ਹੈਗੀ ਵੀ ਆ, ਕੁਛ ਹੋਰ ਪ੍ਰਾਪਤ ਕਰਨਗੇ ਉਹ। ਅਸੀਂ ਸਾਡੀ ਲੀਡਰਸ਼ਿਪ ਨੇ ਸਾਰੇ ਆਪਣੇ ਲੀਡਰ ਸਾਹਿਬਾਨ ਦੱਸਣਗੇ ਕਿ ਇਹਨਾਂ ਨੇ ਪੰਜਾਬ ਅਕੋਰਡ ਦੀ ਵੀ ਗੱਲ ਕੀਤੀ ਸੀ ਜਦੋਂ ਸੰਤ ਰਚੰਦ ਸਿੰਘ ਲੌਂਗੋਵਾਲ ਜੀ ਦਾ ਅਤੇ ਆਪਣੇ ਰਾਜੀਵ ਗਾਂਧੀ ਜੀ ਦੇ ਨਾਲ ਪੰਜਾਬ ਅਕੋਰਡ ਹੋਇਆ ਸੀਗਾ। ਉਹਦੀ ਮੇਨ ਜਿਹੜੀ ਉਸ ਸਮੇਂ ਦੀ ਇੱਕ ਪੰਜਾਬ ਦੀ ਮੰਗ ਸੀ ਕਿ ਚੰਡੀਗੜ੍ਹ ਨੂੰ ਟ੍ਰਾਂਸਫਰ ਕੀਤਾ ਜਾਊਗਾ ਪੰਜਾਬ ਦੇ ਹਵਾਲੇ। 26 ਜਨਵਰੀ ਨੂੰ 12 ਵਜੇ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀਗਾ, ਜਿਹੜਾ ਰਾਤੋ ਰਾਤ ਸਾਰੀਆਂ ਆਪਣੀਆਂ ਜਿਹੜੀਆਂ ਹੈਗੀਆਂ ਹਦਾਇਤਾਂ ਚੱਲ ਗਈਆਂ ਸੀਗੀਆਂ, ਲੇਕਿਨ ਰਾਤੋ ਰਾਤ ਫਿਰ ਐਨ
ਨਿੱਕਾ ਉਹ ਤੋਂ ਟਾਈਮ ਚਾ ਕੇ ਇਹਨਾਂ ਨੇ ਉਹ ਬਦਲਤਾ। ਕਹਿਣ ਤੋਂ ਭਾਵ ਵੀ ਪੰਜਾਬ ਦਾ ਕਲੇਮ ਕਦੀ ਕਮਜ਼ੋਰ ਨਹੀਂ ਹੋਇਆ ਚੰਡੀਗੜ੍ਹ 'ਤੇ। ਹਰਿਆਣਾ ਜੀ ਸਦ ਕੇ ਆਪਣੀ ਰਾਜਧਾਨੀ ਬਣਾਵੇ, ਲੇਕਿਨ ਅਸੀਂ ਪੰਜਾਬ ਦੀ ਜਿਹੜੀ ਚੰਡੀਗੜ੍ਹ ਦੀ ਜ਼ਮੀਨ ਆ, ਜਿਸ ਦਾ ਪੰਜਾਬ ਦਾ ਹੱਕ ਆ, ਉਹ ਕਦੀ ਅਸੀਂ ਨਹੀਂ ਉਹਦਾ ਜਿਹੜਾ ਹੱਕ ਕਮਜ਼ੋਰ ਹੋਣ ਦੇਵਾਂਗੇ। ਉਹਦੇ ਵਾਸਤੇ ਜੇ ਸਾਨੂੰ ਕੋਈ ਹੋਰ ਵੀ ਗਾਂਹ ਕਦਮ ਚੱਕਣਾ ਪਿਆ, ਉਹ ਵੀ ਚੱਕਾਂਗੇ। ਬਾਕੀ ਤਾਂ ਆਪਣੇ ਲੀਡਰ ਸਾਹਿਬਾਨ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਗੇ। ਜਿਵੇਂ ਦੱਸਿਆ ਬਟਾਲਾ ਸਾਹਿਬ ਨੇ, ਅੱਜ ਗਵਰਨਰ ਸਾਹਿਬ ਨੂੰ ਅਸੀਂ ਇਹ ਕਹਿ ਕੇ ਆਏ ਹਾਂ ਕਿ ਜਿਹੜਾ ਫੈਸਲਾ ਹੋਇਆ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਨੇ ਜੋ NOC ਦਿੱਤੀ ਆ ਜਾਂ ਐਡਮਿਨਿਸਟ੍ਰੇਸ਼ਨ ਨੇ ਚੰਡੀਗੜ੍ਹ ਦੇ ਨੇ ਇਹਨੂੰ ਪ੍ਰਵਾਨਗੀ ਦਿੱਤੀ ਆ, ਨੋਟੀਫਿਕੇਸ਼ਨ ਕੀਤਾ, ਸਰਾਸਰ ਗਲਤ ਆ। ਪਹਿਲੀ ਗੱਲ ਤਾਂ ਪੰਜਾਬ ਹਰਿਆਣਾ ਰੀਓਰਗੇਨਾਈਜੇਸ਼ਨ ਐਕਟ ਦੀ ਉਲੰਘਣਾ। ਦੂਜੀ ਗੱਲ ਇਹ ਆ ਜਿਹੜਾ ਫਾਰਮੂਲੇ ਤਹਿਤ ਪੰਜਾਬ ਅਤੇ ਹਰਿਆਣਾ ਸੂਬੇ ਬਣੇ, ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ, ਇੱਕ ਕਾਈ ਮੰਨਿਆ ਗਿਆ ਤਹਿਸੀਲ ਨੂੰ, ਖੰਡ ਤਹਿਸੀਲ ਦਾ ਹਿੱਸਾ ਅਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ। ਇਹ ਤਾਂ ਵਕਤੀ ਤੌਰ 'ਤੇ ਰਾਜਧਾਨੀ ਬਣਾਈ ਸੀ, ਹਰਿਆਣੇ ਦੀ ਰੱਖੀ ਸੀ, ਅਦਰਵਾਈਜ਼ ਤਾਂ ਪੂਰੇ ਪ੍ਰਬੰਧ ਹੋਣ ਤੋਂ ਬਾਅਦ ਇਹ ਹਰਿਆਣੇ ਨੂੰ ਨਹੀਂ ਸੀ ਇੱਥੇ ਰਹਿਣਾ ਚਾਹੀਦਾ। ਹੁਣ ਤਾਂ 500 ਮੀਟਰ 'ਤੇ ਕਰਨਾ ਆਪਣੀ ਜ਼ਮੀਨ 'ਚ ਬਣਾ ਸਕਦੇ ਸੀ। ਗੱਲ ਜ਼ਮੀਨ ਦੀ ਨਹੀਂ, ਗੱਲ ਸਾਡੀ ਨੱਕ ਕੱਟਣ ਦੀ ਆ। ਪੰਜਾਬ ਦਾ ਨੱਕ ਕੱਟਣਾ ਚਾਹੁੰਦੇ ਨੇ, ਪੰਜਾਬ ਨੂੰ ਹੀਣਾ ਦਿਖਾਉਣਾ ਚਾਹੁੰਦੇ ਨੇ। ਪੰਜਾਬ ਕਦੇ ਨੀਵਿਆਂ ਨਹੀਂ ਹੈ, ਸੋ ਪੰਜਾਬ ਨੂੰ ਵਾਰ ਵਾਰ ਛੇੜਿਆ ਜਾ ਰਿਹਾ, ਪੰਜਾਬੀਆਂ ਦੇ ਚੂੜੀਆਂ ਵੱਟੀਆਂ ਜਾ ਰਹੀਆਂ। ਪਹਿਲਾਂ ਸਾਡਾ ਪਾਣੀ ਖੋਣ ਦੇ ਯਤਨ, ਫਿਰ ਸਾਡੇ ਡੈਮਾਂ 'ਤੇ ਕਬਜ਼ਾ ਕਰਨ ਦੇ ਯਤਨ, ਫਿਰ ਸਾਡੀ ਜਵਾਨੀ ਨੂੰ ਜੇਲ੍ਹਾਂ ਵਿੱਚ ਰੱਖਣ ਦੇ ਯਤਨ, ਫਿਰ ਸਾਡੀ ਕਿਸਾਨੀ ਨੂੰ ਮੰਡੀਆਂ ਵਿੱਚ ਰੋਲਣ ਦੇ ਯਤਨ, ਅੱਜ ਸਾਡੀ ਨੱਕ ਵੱਢਣ ਦੀ ਯਤਨ ਕੀਤਾ ਗਿਆ। ਸਾਡਾ ਮਾਣ ਆ, ਸਾਡਾ ਗੌਰਵ ਆ, ਇਮੋਸ਼ਨਲੀ ਅਸੀਂ ਚੰਡੀਗੜ੍ਹ ਨਾਲ ਜੁੜੇ ਹੋਏ ਨੇ। ਸਾਡੀ ਰਾਜਧਾਨੀ ਦੇ ਜ਼ਮੀਨ ਕਿਸੇ ਹੋਰ ਨੂੰ ਦੇਣਾ ਸਰਾਸਰ ਗਲਤ ਆ। ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ, ਆਪਣੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਮਾਂ ਜੋ ਗਵਰਨਰ ਸਾਹਿਬ ਨੂੰ ਜਿਹੜੀਆਂ ਦੱਸੀਆਂ ਨੇ, ਉਹਨਾਂ ਨੇ ਸਾਨੂੰ ਇਸ ਗੱਲ ਦਾ ਵਾਅਦਾ ਕੀਤਾ ਕਿ ਡਾਕੂਮੈਂਟਰੀ ਪਰੂਫ ਲੈ ਕੇ ਪੂਰੇ ਡਿਟੇਲ ਦੇ ਵਿੱਚ 23 ਤਰੀਕ ਨੂੰ ਸਾਨੂੰ ਸਮਾਂ ਦਿੱਤਾ, ਦੁਬਾਰਾ ਅਸੀਂ ਡਾਕੂਮੈਂਟਰੀ ਪਰੂਫ ਲੈ ਕੇ ਇਹਨਾਂ ਨੂੰ ਦੁਬਾਰਾ ਮਿਲਾਂਗੇ। ਪਰ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿ ਚੰਡੀਗੜ੍ਹ ਪੰਜਾਬ ਦੀ ਆ, 1 ਇੰਚ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ। ਔਰ ਇਹ ਪੰਜਾਬ ਨਾਲ ਜਿਹੜਾ ਐਮਰਜੈਂਸੀ ਦੇ ਦਿਨਾਂ 'ਚ ਧੱਕਾ ਹੋਇਆ ਸੀ, ਅਨਿਆਂ ਹੋਇਆ ਸੀ, ਉਸ ਅਨਿਆਂ ਦੇ ਵਿਰੁੱਧ ਮੋਰਚਾ ਲੱਗਿਆ ਸੀ, ਮੋਰਚੇ ਦੇ ਵਿੱਚ ਉਹ ਲੌਂਗੋਵਾਲ ਰਾਜੀਵ ਅਕਾਰਡ ਆਇਆ ਸੀ, ਉਹਦਾ ਹਿੱਸਾ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ। ਭਾਵੇਂ ਉਸ ਸਮੇਂ ਦੀਆਂ ਸਰਕਾਰਾਂ ਮੁੱਕਰੀਆਂ, ਪਰ ਅਸੀਂ ਚੰਡੀਗੜ੍ਹ ਨੂੰ ਹਿੱਲਣ ਨਹੀਂ ਦੇਣਾ। ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜੇ ਇਨਸਾਫ ਨਾ ਮਿਲਿਆ, ਇਹ ਵੀ ਅਸੀਂ ਗਵਰਨਰ ਸਾਹਿਬ ਨੂੰ ਬੜੇ ਸਾਫ਼ ਅਤੇ ਸਪਸ਼ਟ ਸ਼ਬਦਾਂ 'ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਦੱਸ ਕੇ ਆਏ ਹਾਂ ਕਿ ਜੇ ਇਹ ਬੇਇਨਸਾਫੀ ਹੋਈ, ਜੇ ਇਹ ਅਨਿਆਂ ਹੋਇਆ, ਧੱਕਾ ਹੋਇਆ, ਇਨਸਾਫ ਨਾ ਮਿਲਿਆ, ਤਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਮਾਲਿਕ ਬਹੁਤ ਜ਼ਬਰਦਸਤ ਪ੍ਰੋਟੈਸਟ ਧਰਨਾ ਜਿਹੜਾ ਚੰਡੀਗੜ੍ਹ ਵਿੱਚ ਦਿੱਤਾ ਜਾਏਗਾ। ਔਰ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਰਾਜਸੀ ਧਿਰਾਂ ਨੇ, ਅਸੀਂ ਉਹਨਾਂ ਨਾਲ ਤੱਕ ਵੀ ਪਹੁੰਚ ਕਰਾਂਗੇ ਹਫ਼ਤੇ ਦੇ ਵਿੱਚ ਅਤੇ ਪਹਿਲਾਂ ਇਹਨਾਂ ਨੂੰ ਡਾਕੂਮੈਂਟਰੀ ਪਰੂਫ ਦੇ ਕੇ ਬਾਕੀ ਰਾਜਸੀ ਧਿਰਾਂ ਨਾਲ ਵੀ ਸੰਪਰਕ ਕਰਕੇ ਅਸੀਂ ਸਾਰੇ ਪੰਜਾਬ ਨੂੰ, ਕਿਉਂਕਿ ਪੰਜਾਬੀਆਂ ਦੀ ਮੰਗ ਆ, ਪੰਜਾਬੀਆਂ ਦੀ ਇਹ ਆਣ ਅਤੇ ਸ਼ਾਨ ਆ ਚੰਡੀਗੜ੍ਹ, ਅਸੀਂ ਕਿਸੇ ਤਰ੍ਹਾਂ ਵੀ ਅਪਮਾਨ ਆਪਣਾ ਨਹੀਂ ਹੋਣ ਦੇਣਾ। ਔਰ ਇਹਦੇ ਲਈ ਅਸੀਂ ਡਿਟੇਲ ਦੇ ਵਿੱਚ, ਸਾਨੂੰ ਇਸ ਗੱਲ ਦਾ ਅਫਸੋਸ ਵੀ ਆ ਕਿ ਅੱਜ ਪੰਜਾਬ ਦੀ ਸੱਤਾ 'ਤੇ ਕਾਬਜ਼ ਲੋਕ ਜਿਹੜੇ ਨੇ, ਮਤਲਬ ਜੇ ਮੁੱਖ ਮੰਤਰੀ ਸਾਹਿਬ, ਜਿਸ ਦਿਨ ਗ੍ਰਹਿ ਮੰਤਰੀ ਭਾਰਤ ਸਰਕਾਰ ਨੇ ਮਤਲਬ ਇਹ ਐਲਾਨ ਕੀਤਾ ਸੀ ਚੰਡੀਗੜ੍ਹ ਦੀ ਜ਼ਮੀਨ ਹਰਿਆਣੇ ਦੀ ਅਸੈਂਬਲੀ ਨੂੰ ਦੇਣ ਦਾ, ਜੇ ਸਾਡੇ ਮੁੱਖ ਮੰਤਰੀ ਸਾਹਿਬ ਉਸ ਸਮੇਂ ਵਾਅਦਾ ਮਾਫ਼ ਗਵਾਹ ਨਾ ਬਣਦੇ, ਵਾਅਦਾ ਮਾਫ਼ ਗਵਾਹ ਬਣ ਕੇ ਪੰਜਾਬ ਦੇ ਇਸ ਜ਼ਮੀਨ ਦੇ ਬਰਾਬਰ, ਹਰਿਆਣੇ ਦੇ ਬਰਾਬਰ ਪੰਜਾਬ ਨੂੰ ਜ਼ਮੀਨ ਦੇਣ ਦੀ
ਅਰਜ਼ੀ ਨਾ ਦਿੰਦੇ ਇੱਕ ਕਿਸਮ ਦੀ, ਹੱਥ ਨਾ ਅੜਦੇ ਗ੍ਰਹਿ ਮੰਤਰੀ ਕੋਲ, ਤਾਂ ਸ਼ਾਇਦ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਅੱਜ ਇਹ ਹੌਸਲਾ ਨਹੀਂ ਸੀ ਪੈਣਾ ਭਾਰਤ ਸਰਕਾਰ ਦਾ, ਵਾਤਾਵਰਨ ਮੰਤਰਾਲੇ ਦਾ NOC ਦੇਣ ਦਾ, ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਇਹ ਨੋਟੀਫਿਕੇਸ਼ਨ ਕਰਨ ਦਾ। ਸੋ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਚਾਹੁੰਦੇ ਹਾਂ, ਉਹ ਆਪਣੀ ਗਲਤੀ ਨੂੰ ਦਰੁਸਤ ਕਰਨ, ਉਹ ਕਿਤੇ ਸ਼ਬਦਾਂ ਨੂੰ ਵਾਪਸ ਲੈਣ, ਔਰ ਜਿਹੜਾ ਪ੍ਰੋਟੈਸਟ ਧਰਨਾ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਸ ਅਨਿਆਂ ਦੇ ਵਿਰੁੱਧ ਦੇਣ ਦਾ ਫੈਸਲਾ ਕੀਤਾ, ਉਹਦੇ ਲਈ ਅਸੀਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਦੇਵਾਂਗੇ, ਔਰ ਉਹਦੇ 'ਚ ਜਿਹੜੀ ਰੂਲਿੰਗ ਪਾਰਟੀ ਆ ਪੰਜਾਬ ਦੀ ਉਹਨੂੰ ਵੀ ਕਹਾਂਗੇ ਉਹ ਵੀ ਸਾਡੇ 'ਚ ਆਉਣ, ਔਰ ਬਲਕਿ ਇਹ ਵੀ ਅਪੀਲ ਕਰਦੇ ਹਾਂ ਕਿ ਚੰਗਾ ਹੋਵੇ ਜੇ ਆਲ ਪਾਰਟੀ ਮੀਟਿੰਗ ਮੁੱਖ ਮੰਤਰੀ ਸਾਹਿਬ ਸੱਦਣ, ਸਾਰੀਆਂ ਧਿਰਾਂ ਨੂੰ ਸੱਦਣ, ਔਰ ਇਹਨੂੰ ਪੰਜਾਬ ਦੀ ਲੜਾਈ ਬਣਾ ਕੇ ਮਤਲਬ ਕੇਂਦਰ ਦੇ ਸਾਹਮਣੇ ਪੇਸ਼ ਕਰੀਏ, ਤਾਂ ਕਿ ਜਿੰਨੇ ਵੀ ਸਾਡੇ ਹੱਕ ਨੇ ਅਸੀਂ ਉਹ ਲੈ ਸਕੀਏ। ਜਿਹੜੀ ਇਹ ਅਨਿਆਂ ਦੀ ਲਹਿਰ ਸ਼ੁਰੂ ਹੋ ਗਈ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਮਤਲਬ ਵਾਰ ਵਾਰ ਸਾਡੀ ਪਰਖ ਕਰੀ ਜਾ ਰਹੀ ਆ, ਉਹ ਨਾ ਕਰਨ ਦੀ ਜ਼ਰੂਰਤ ਨਾ ਪਵੇ। ਔਰ ਕਿਉਂਕਿ ਅਸੀਂ ਬੜਾ ਸੇਕ ਝੱਲਿਆ, ਬੜਾ ਦਰਦ ਝੱਲਿਆ ਪੰਜਾਬੀਆਂ ਨੇ, ਅਸੀਂ ਪੰਜਾਬ ਨੂੰ ਮੁੜ ਕੇ ਬਲਦੀ ਦੇ ਬੁੱਥੇ 'ਚ ਨਹੀਂ ਪਾਉਣਾ ਚਾਹੁੰਦੇ, ਅਸੀਂ ਮੁੜ ਕੇ ਪੰਜਾਬੀਆਂ ਨੂੰ ਅੱਗ ਦੇ ਸੇਕ ਝੱਲਣ ਲਈ ਮਜਬੂਰ ਨਹੀਂ ਕਰਨਾ ਚਾਹੁੰਦੇ। ਅਸੀਂ ਦਿੱਲੀ ਸਰਕਾਰ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਪੰਜਾਬੀਆਂ ਦੀ ਪਰਖ ਨਾ ਕਰੇ, ਪੰਜਾਬੀਆਂ ਨਾਲ ਇਨਸਾਫ ਕਰੇ, ਔਰ ਸਾਡਾ ਹੱਕ ਸਾਨੂੰ ਦੇਵੇ, ਔਰ ਸਾਡੇ ਹੱਕ ਜੇ ਖੋਹੇ ਜਾਣਗੇ ਤਾਂ ਪੰਜਾਬ ਦੇ ਹਾਲਾਤ, ਜਿਹੜਾ ਪੰਜਾਬ ਸਰਹੱਦਾਂ 'ਤੇ ਵੀ ਰਾਖੀ ਕਰ ਰਿਹਾ, ਪੰਜਾਬ ਇਸ ਦੇਸ਼ ਦੀ ਮਤਲਬ ਹਰ ਪੱਖੋਂ, ਭਾਵੇਂ ਅਨਾਜ ਦੀ ਥੋੜ੍ਹ ਦੂਰ ਕਰਨ ਦੇ ਵਿੱਚ, ਭਾਵੇਂ ਸਰਹੱਦਾਂ 'ਤੇ ਰਾਖੀ ਕਰਨ ਦੇ ਵਿੱਚ, ਹਰ ਪੱਖੋਂ ਦੇਸ਼ ਦੇ ਕੰਮ ਆਉਂਦਾ, ਪਰ ਜਦੋਂ ਸਾਨੂੰ ਜ਼ਰੂਰਤ ਆਉਂਦੀ ਆ ਉਦੋਂ ਸਾਡੇ ਨਾਲ ਧੱਕਾ ਹੁੰਦਾ। ਸੋ ਅੱਜ ਅਸੀਂ ਇਹੀ ਕਹਿਣ ਆਏ ਹਾਂ ਕਿ ਸਾਨੂੰ ਇਨਸਾਫ ਦਿਓ, ਨਹੀਂ ਪੰਜਾਬ ਅਸੀਂ ਚੁੱਪ ਕਰਕੇ ਚੈਨ ਨਾਲ ਨਹੀਂ ਬੈਠਾਂਗੇ।